ਬਹੁਤ ਵੱਡੇ ਉਤਸ਼ਾਹ ਦੇ ਨਾਲ ਲੋਕ ਅੱਗੇ ਆ ਰਹੇ ਹੈ, ਲੋਕਾਂ ਨੂੰ ਪਿਆਰ ਹੈ, ਲੋਕ ਉਮੜ ਰਹੇ ਹੈ ਤੇ ਵੱਡੀ ਗਿਣਤੀ ਦੇ ਵਿੱਚ ਜਿੱਤ ਹੈ ਜਿਹੜੀ ਉਹ ਆਉਣ ਵਾਲੇ ਦਿਨਾਂ 'ਚ ਕਾਂਗਰਸ ਪਾਰਟੀ ਦੀ ਹੋਏਗੀ। ਚੰਨੀ ਸਾਹਿਬ, ਕੱਲ੍ਹ ਕਹਿ ਸਕਦੇ ਮਹਿੰਦਰ KP ਜੀ ਵੀ ਮੈਦਾਨ 'ਚ ਉਤਰ ਚੁੱਕੇ ਆ, ਕਾਫੀ ਟਾਈਮ ਤੋਂ ਰਾਜਨੀਤੀ ਤੋਂ ਸਾਈਡ ਤੋਂ ਸੀਗੇ, ਕਹਿੰਦੇ ਮੈਂ ਗਿਆ ਨਹੀਂ, ਮੈਨੂੰ ਪਾਰਟੀ ਨੇ ਕੱਢਿਆ ਹੈਗਾ ਵਾ, ਮੈਨੂੰ ਦੁੱਖ ਹੈਗਾ ਵਾ, ਮੈਂ ਜਦੋਂ ਮੇਰੇ ਨਾਲ 2022 'ਚ ਜੋ ਹੋਈ ਸੀ ਉਹ ਦਿਲ 'ਚ ਰੱਖ ਕੇ ਬੈਠਾ ਸੀਗਾ ਤੇ ਹੁਣ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਮੈਂ ਉਹਨਾਂ ਬਾਰੇ ਕੁਛ ਬੋਲਣਾ। ਤੀਨੂੰ ਕਿਸ ਤਰ੍ਹਾਂ ਦੇਖਦੇ ਪਏ ਤੁਸੀਂ? ਤੀਨੂੰ ਦਾ ਕੋਈ ਟਿਕਾਣਾ ਹੀ ਨਹੀਂ ਹੈ, ਤੀਨੂੰ ਹੋ ਗਿਆ ਚਾਹੇ ਰਿੰਕੂ ਹੋ ਗਿਆ, ਕਹਿੰਦੇ ਸਾਈਕਲ ਦਾ ਵੀ ਸਟੈਂਡ ਹੁੰਦਾ, ਇਹਨਾਂ ਦਾ ਕੋਈ ਸਟੈਂਡ ਹੀ ਨਹੀਂ ਹੈ ਤੇ ਜਿਹਦਾ ਕੋਈ ਸਟੈਂਡ ਨਹੀਂ ਹੁੰਦਾ ਲੋਕ ਵੀ ਉਹਦੇ ਨਾਲ ਸਟੈਂਡ ਨਹੀਂ ਕਰਦੇ। ਇਹ ਲੋਕ ਲਾਲਚ ਔਰ ਡਰ ਦੇ ਬਸ ਪੈ ਕੇ, ਬਾਦਲ ਸਾਹਿਬ ਦਾ ਐ ਲੱਗਦਾ ਹੁੰਦਾ ਸੀ ਜਿਵੇਂ ਅੱਖਾਂ ਦਾ ਤਾਰਾ ਟੀਨੂੰ, ਲੇਕਿਨ ਰਾਤੇ ਰਾਤ ਛੱਡ ਗਿਆ, ਪਤਾ ਵੀ ਨਹੀਂ ਲੱਗਿਆ ਕਿ ਟੀਨੂੰ ਗਿਆ ਕਿੱਥੇ ਹੈ ਤੇ ਹੁਣ ਲੋਕਾਂ ਨੂੰ ਲੱਭ ਰਿਹਾ ਤੇ ਲੋਕ ਉਹਦੇ ਪਾਸ ਆਉਂਦੇ। ਬਹੁਤ ਵੱਡੇ ਉਤਸ਼ਾਹ ਦੇ ਨਾਲ ਲੋਕ ਅੱਗੇ ਆ ਰਹੇ ਹੈ, ਲੋਕਾਂ ਨੂੰ ਪਿਆਰ ਹੈ, ਲੋਕ ਉਮੜ ਰਹੇ ਹੈ ਤੇ ਵੱਡੀ ਗਿਣਤੀ ਦੇ ਵਿੱਚ ਜਿੱਤ ਹੈ ਜਿਹੜੀ ਉਹ ਆਉਣ ਵਾਲੇ ਦਿਨਾਂ 'ਚ ਕਾਂਗਰਸ ਪਾਰਟੀ ਦੀ ਹੋਏਗੀ। ਚੰਨੀ ਸਾਹਿਬ, ਕੱਲ੍ਹ ਕਹਿ ਸਕਦੇ ਮਹਿੰਦਰ KP ਜੀ ਵੀ ਮੈਦਾਨ 'ਚ ਉਤਰ ਚੁੱਕੇ ਆ, ਕਾਫੀ ਟਾਈਮ ਤੋਂ ਰਾਜਨੀਤੀ ਤੋਂ ਸਾਈਡ ਤੋਂ ਸੀਗੇ, ਕਹਿੰਦੇ ਮੈਂ ਗਿਆ ਨਹੀਂ, ਮੈਨੂੰ ਪਾਰਟੀ ਨੇ ਕੱਢਿਆ ਹੈਗਾ ਵਾ, ਮੈਨੂੰ ਦੁੱਖ ਹੈਗਾ ਵਾ, ਮੈਂ ਜਦੋਂ ਮੇਰੇ ਨਾਲ 2022 'ਚ ਜੋ ਹੋਈ ਸੀ ਉਹ ਦਿਲ 'ਚ ਰੱਖ ਕੇ ਬੈਠਾ ਸੀਗਾ ਤੇ ਹੁਣ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਮੈਂ ਉਹਨਾਂ ਬਾਰੇ ਕੁਛ ਬੋਲਣਾ। ਤੀਨੂੰ ਕਿਸ ਤਰ੍ਹਾਂ ਦੇਖਦੇ ਪਏ ਤੁਸੀਂ? ਤੀਨੂੰ ਦਾ ਕੋਈ ਟਿਕਾਣਾ ਹੀ ਨਹੀਂ ਹੈ, ਤੀਨੂੰ ਹੋ ਗਿਆ ਚਾਹੇ ਰਿੰਕੂ ਹੋ ਗਿਆ, ਕਹਿੰਦੇ ਸਾਈਕਲ ਦਾ ਵੀ ਸਟੈਂਡ ਹੁੰਦਾ, ਇਹਨਾਂ ਦਾ ਕੋਈ ਸਟੈਂਡ ਹੀ ਨਹੀਂ ਹੈ ਤੇ ਜਿਹਦਾ ਕੋਈ ਸਟੈਂਡ ਨਹੀਂ ਹੁੰਦਾ ਲੋਕ ਵੀ ਉਹਦੇ ਨਾਲ ਸਟੈਂਡ ਨਹੀਂ ਕਰਦੇ। ਇਹ ਲੋਕ ਲਾਲਚ ਔਰ ਡਰ ਦੇ ਬਸ ਪੈ ਕੇ, ਬਾਦਲ ਸਾਹਿਬ ਦਾ ਐ ਲੱਗਦਾ ਹੁੰਦਾ ਸੀ ਜਿਵੇਂ ਅੱਖਾਂ ਦਾ ਤਾਰਾ ਟੀਨੂੰ, ਲੇਕਿਨ ਰਾਤੇ ਰਾਤ ਛੱਡ ਗਿਆ, ਪਤਾ ਵੀ ਨਹੀਂ ਲੱਗਿਆ ਕਿ ਟੀਨੂੰ ਗਿਆ ਕਿੱਥੇ ਹੈ ਤੇ ਹੁਣ ਲੋਕਾਂ ਨੂੰ ਲੱਭ ਰਿਹਾ ਤੇ ਲੋਕ ਉਹਦੇ ਪਾਸ ਆਉਂਦੇ। ਬਹੁਤ ਵੱਡੇ ਉਤਸ਼ਾਹ ਦੇ ਨਾਲ ਲੋਕ ਅੱਗੇ ਆ ਰਹੇ ਹੈ, ਲੋਕਾਂ ਨੂੰ ਪਿਆਰ ਹੈ, ਲੋਕ ਉਮੜ ਰਹੇ ਹੈ ਤੇ ਵੱਡੀ ਗਿਣਤੀ ਦੇ ਵਿੱਚ ਜਿੱਤ ਹੈ ਜਿਹੜੀ ਉਹ ਆਉਣ ਵਾਲੇ ਦਿਨਾਂ 'ਚ ਕਾਂਗਰਸ ਪਾਰਟੀ ਦੀ ਹੋਏਗੀ। ਚੰਨੀ ਸਾਹਿਬ, ਕੱਲ੍ਹ ਕਹਿ ਸਕਦੇ ਮਹਿੰਦਰ KP ਜੀ ਵੀ ਮੈਦਾਨ 'ਚ ਉਤਰ ਚੁੱਕੇ ਆ, ਕਾਫੀ ਟਾਈਮ ਤੋਂ ਰਾਜਨੀਤੀ ਤੋਂ ਸਾਈਡ ਤੋਂ ਸੀਗੇ, ਕਹਿੰਦੇ ਮੈਂ ਗਿਆ ਨਹੀਂ, ਮੈਨੂੰ ਪਾਰਟੀ ਨੇ ਕੱਢਿਆ ਹੈਗਾ ਵਾ, ਮੈਨੂੰ ਦੁੱਖ ਹੈਗਾ ਵਾ, ਮੈਂ ਜਦੋਂ ਮੇਰੇ ਨਾਲ 2022 'ਚ ਜੋ ਹੋਈ ਸੀ ਉਹ ਦਿਲ 'ਚ ਰੱਖ ਕੇ ਬੈਠਾ ਸੀਗਾ ਤੇ ਹੁਣ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਮੈਂ ਉਹਨਾਂ ਬਾਰੇ ਕੁਛ ਬੋਲਣਾ। ਤੀਨੂੰ ਕਿਸ ਤਰ੍ਹਾਂ ਦੇਖਦੇ ਪਏ ਤੁਸੀਂ? ਤੀਨੂੰ ਦਾ ਕੋਈ ਟਿਕਾਣਾ ਹੀ ਨਹੀਂ ਹੈ, ਤੀਨੂੰ ਹੋ ਗਿਆ ਚਾਹੇ ਰਿੰਕੂ ਹੋ ਗਿਆ, ਕਹਿੰਦੇ ਸਾਈਕਲ ਦਾ ਵੀ ਸਟੈਂਡ ਹੁੰਦਾ, ਇਹਨਾਂ ਦਾ ਕੋਈ ਸਟੈਂਡ ਹੀ ਨਹੀਂ ਹੈ ਤੇ ਜਿਹਦਾ ਕੋਈ ਸਟੈਂਡ ਨਹੀਂ ਹੁੰਦਾ ਲੋਕ ਵੀ ਉਹਦੇ ਨਾਲ ਸਟੈਂਡ ਨਹੀਂ ਕਰਦੇ। ਇਹ ਲੋਕ ਲਾਲਚ ਔਰ ਡਰ ਦੇ ਬਸ ਪੈ ਕੇ, ਬਾਦਲ ਸਾਹਿਬ ਦਾ ਐ ਲੱਗਦਾ ਹੁੰਦਾ ਸੀ ਜਿਵੇਂ ਅੱਖਾਂ ਦਾ ਤਾਰਾ ਟੀਨੂੰ, ਲੇਕਿਨ ਰਾਤੇ ਰਾਤ ਛੱਡ ਗਿਆ, ਪਤਾ ਵੀ ਨਹੀਂ ਲੱਗਿਆ ਕਿ ਟੀਨੂੰ ਗਿਆ ਕਿੱਥੇ ਹੈ ਤੇ ਹੁਣ ਲੋਕਾਂ ਨੂੰ ਲੱਭ ਰਿਹਾ ਤੇ ਲੋਕ ਉਹਦੇ ਪਾਸ ਆਉਂਦੇ। ਬਹੁਤ ਵੱਡੇ ਉਤਸ਼ਾਹ ਦੇ ਨਾਲ ਲੋਕ ਅੱਗੇ ਆ ਰਹੇ ਹੈ, ਲੋਕਾਂ ਨੂੰ ਪਿਆਰ ਹੈ, ਲੋਕ ਉਮੜ ਰਹੇ ਹੈ ਤੇ ਵੱਡੀ ਗਿਣਤੀ ਦੇ ਵਿੱਚ ਜਿੱਤ ਹੈ ਜਿਹੜੀ ਉਹ ਆਉਣ ਵਾਲੇ ਦਿਨਾਂ 'ਚ ਕਾਂਗਰਸ ਪਾਰਟੀ ਦੀ ਹੋਏਗੀ। ਚੰਨੀ ਸਾਹਿਬ, ਕੱਲ੍ਹ ਕਹਿ ਸਕਦੇ ਮਹਿੰਦਰ KP ਜੀ ਵੀ ਮੈਦਾਨ 'ਚ ਉਤਰ ਚੁੱਕੇ ਆ, ਕਾਫੀ ਟਾਈਮ ਤੋਂ ਰਾਜਨੀਤੀ ਤੋਂ ਸਾਈਡ ਤੋਂ ਸੀਗੇ, ਕਹਿੰਦੇ ਮੈਂ ਗਿਆ ਨਹੀਂ, ਮੈਨੂੰ ਪਾਰਟੀ ਨੇ ਕੱਢਿਆ ਹੈਗਾ ਵਾ, ਮੈਨੂੰ ਦੁੱਖ ਹੈਗਾ ਵਾ, ਮੈਂ ਜਦੋਂ ਮੇਰੇ ਨਾਲ 2022 'ਚ ਜੋ ਹੋਈ ਸੀ ਉਹ ਦਿਲ 'ਚ ਰੱਖ ਕੇ ਬੈਠਾ ਸੀਗਾ ਤੇ ਹੁਣ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਮੈਂ ਉਹਨਾਂ ਬਾਰੇ ਕੁਛ ਬੋਲਣਾ। ਤੀਨੂੰ ਕਿਸ ਤਰ੍ਹਾਂ ਦੇਖਦੇ ਪਏ ਤੁਸੀਂ? ਤੀਨੂੰ ਦਾ ਕੋਈ ਟਿਕਾਣਾ ਹੀ ਨਹੀਂ ਹੈ, ਤੀਨੂੰ ਹੋ ਗਿਆ ਚਾਹੇ ਰਿੰਕੂ ਹੋ ਗਿਆ, ਕਹਿੰਦੇ ਸਾਈਕਲ ਦਾ ਵੀ ਸਟੈਂਡ ਹੁੰਦਾ, ਇਹਨਾਂ ਦਾ ਕੋਈ ਸਟੈਂਡ ਹੀ ਨਹੀਂ ਹੈ ਤੇ ਜਿਹਦਾ ਕੋਈ ਸਟੈਂਡ ਨਹੀਂ ਹੁੰਦਾ ਲੋਕ ਵੀ ਉਹਦੇ ਨਾਲ ਸਟੈਂਡ ਨਹੀਂ ਕਰਦੇ। ਇਹ ਲੋਕ ਲਾਲਚ ਔਰ ਡਰ ਦੇ ਬਸ ਪੈ ਕੇ, ਬਾਦਲ ਸਾਹਿਬ ਦਾ ਐ ਲੱਗਦਾ ਹੁੰਦਾ ਸੀ ਜਿਵੇਂ ਅੱਖਾਂ ਦਾ ਤਾਰਾ ਟੀਨੂੰ, ਲੇਕਿਨ ਰਾਤੇ ਰਾਤ ਛੱਡ ਗਿਆ, ਪਤਾ ਵੀ ਨਹੀਂ ਲੱਗਿਆ ਕਿ ਟੀਨੂੰ ਗਿਆ ਕਿੱਥੇ ਹੈ ਤੇ ਹੁਣ ਲੋਕਾਂ ਨੂੰ ਲੱਭ ਰਿਹਾ ਤੇ ਲੋਕ ਉਹਦੇ ਪਾਸ ਆਉਂਦੇ।